ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਟੀਨ ਕੌਰ। ਅੱਜ ਸਾਡੇ ਖਾਸ ਮਹਿਮਾਨ ਹਨ ਪੰਜਾਬੀ ਫਿਲਮ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਆਪਣੀ ਨਵੀਂ ਫਿਲਮ ਰਿਲੀਜ਼ ਕੀਤੀ ਹੈ, ਯੈਸ ਆਈ ਐਮ ਸਟੂਡੈਂਟ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ। ਥੈਂਕ ਯੂ। ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ, ਕਿਉਂਕਿ ਲੋਕਾਂ ਨੇ ਇਸ ਫਿਲਮ ਨੂੰ ਬਹੁਤ ਪਿਆਰ ਦਿੱਤਾ ਹੈ, ਬਹੁਤ ਪਸੰਦ ਕੀਤਾ ਹੈ। ਥੈਂਕ ਯੂ ਸੋ ਮਚ ਜੀ, ਸੱਚੀ ਬਹੁਤ ਜ਼ਿਆਦਾ ਪਿਆਰ ਮਿਲਿਆ, ਸਪੈਸ਼ਲੀ ਇੱਥੋਂ ਕੈਨੇਡਾ ਤੋਂ ਬਹੁਤ ਜ਼ਿਆਦਾ ਪਿਆਰ ਮਿਲਿਆ, ਸੋ ਥੈਂਕ ਯੂ ਸੋ ਮਚ ਜੀ। ਤਰਨਵੀਰ ਜੀ, ਪ੍ਰੋਡਕਸ਼ਨ ਤੋਂ ਬਾਅਦ ਰਿਲੀਜ਼ ਨੂੰ ਕਾਫੀ ਟਾਈਮ ਲੱਗ ਗਿਆ ਇਸ ਫਿਲਮ ਨੂੰ, ਲੇਕਿਨ ਜਦੋਂ ਹੁਣ ਇਹ ਫਿਲਮ ਰਿਲੀਜ਼ ਹੋਈ ਤਾਂ ਇਸਨੇ ਇੱਕ ਵੱਖਰੀ ਛਾਪ ਛੱਡੀ ਲੋਕਾਂ ਦੇ ਦਿਲਾਂ ਦੇ ਵਿੱਚ। ਸੋ ਜਿਸ ਮੋਟਿਵ ਦੇ ਨਾਲ ਤੁਸੀਂ ਇਸ ਫਿਲਮ ਨੂੰ ਬਣਾਇਆ ਸੀ, ਇਸ ਫਿਲਮ ਨੂੰ ਰਿਲੀਜ਼ ਕੀਤਾ, ਤੁਹਾਨੂੰ ਲੱਗਦਾ ਕਿ ਉਹ ਜਿਹੜਾ ਮੋਟਿਵ ਹੈ ਉਹ ਪੂਰਾ ਹੋਇਆ, ਜਿਹੜੀ ਸਫਲਤਾ ਹੈ ਉਹ ਹਾਸਿਲ ਹੋਈ ਹੈ ਤੁਹਾਨੂੰ? ਬਿਲਕੁਲ ਜੀ, 100% ਐਨ ਜੋ ਅਸੀਂ ਸੋਚਿਆ ਸੀਗਾ, ਸੋਚ ਤੋਂ ਵੱਧ ਕੇ ਹੀ ਲੋਕਾਂ ਨੇ ਹੰਗਾਰਾ ਦਿੱਤਾ। ਅਤੇ ਬੇਸਿਕਲੀ ਹੈ ਨਾ, ਅਸੀਂ ਇਹ ਫਿਲਮ ਖਾਸ ਸਟੂਡੈਂਟਾਂ ਵਾਸਤੇ ਹੀ ਬਣਾਈ ਸੀਗੀ, ਓਨੈਸਟਲੀ, ਮਤਲਬ ਇਹ ਸੋਚ ਕੇ ਹੀ ਬਣਾਈ ਸੀਗੀ ਕਿ ਇਹ ਫਿਲਮ ਦੇ ਜਿਹੜੇ ਮੁੱਖ ਦਰਸ਼ਕ ਨੇ ਉਹ ਸਟੂਡੈਂਟ ਹੀ ਨੇ, ਅਤੇ ਉਹਨਾਂ ਨੇ ਹੀ ਲਾਜ ਰੱਖੀ ਆ, ਉਹਨਾਂ ਨੇ ਹੀ ਪ੍ਰੋਪਰਲੀ ਐਨ ਪੂਰਾ ਭਰਮ ਹੰਗਾਰਾ ਦਿੱਤਾ ਇਹਦੇ ਨਾਲ ਨਾਲ ਫੈਮਲੀਆਂ ਨੇ ਕਰਕੇ। ਫਿਲਮ ਫੈਮਲੀ ਓਰੀਐਂਟਡ ਫਿਲਮ ਸੀਗੀ, ਅਤੇ ਫੈਮਲੀਆਂ ਵੱਲੋਂ ਵੀ ਵਧੀਆ ਪਿਆਰ ਆਇਆ। ਫਿਲਮ ਲੇਟ ਹੋਣ ਦਾ ਕਾਰਨ ਸੀਗਾ ਬਿਕੋਜ਼ ਆਫ ਕੋਵਿਡ। ਫਿਲਮ ਤਾਂ ਬਣ ਕੇ ਬਿਲਕੁਲ ਰੈਡੀ ਸੀ, ਤਿਆਰ ਸੀਗੀ, 2020 ਦੇ ਸਟਾਰਟਿੰਗ 'ਚ ਫਿਲਮ ਲੱਗ ਜਾਣੀ ਸੀਗੀ, ਬਟ 2020 ਦੇ ਵਿੱਚ ਉਹ ਕੋਵਿਡ ਆ ਗਿਆ, ਕੋਵਿਡ ਕਰਕੇ ਫਿਰ ਚੀਜ਼ਾਂ ਡਿਲੇ 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 ਹੁੰਦੀਆਂ ਹੁੰਦੀਆਂ, ਸੋ ਫਾਈਨਲੀ ਹੁਣ ਰਿਲੀਜ਼ ਹੋਈ ਆ ਅਤੇ ਕੁਛ ਵਧੀਆ ਹੋਇਆ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖਾਸ ਕਰਕੇ ਸਟੂਡੈਂਟਸ ਨੇ ਬਹੁਤ ਪਿਆਰ ਦਿੱਤਾ, ਸੋ ਤੁਹਾਨੂੰ ਕੋਈ ਪਰਸਨਲ ਫੀਡਬੈਕਸ ਆਏ ਨੇ, ਕਿਸ ਤਰ੍ਹਾਂ ਦੇ ਫੀਡਬੈਕ? ਬਹੁਤ ਜ਼ਿਆਦਾ ਫੀਡਬੈਕ ਸੀ, ਉਹ ਇੰਸਟਾਗ੍ਰਾਮ 'ਤੇ ਮੈਸੇਜਿਸ ਐਨ ਆਲ, ਲਾਈਕ ਸਟੋਰੀਆਂ ਹੈ ਨਾ, ਅਤੇ ਐਨ ਪ੍ਰੋਪਰਲੀ ਉਹਨਾਂ ਦੇ ਇਹੋ ਜਿਹੇ ਭਾਵੁਕ ਕਰਨ ਵਾਲੇ ਮੈਸੇਜ ਸੀਗੇ ਕਿ ਬਾਈ ਯਾਰ ਇਹ ਸਾਡੀ ਆਪਦੀ ਸਟੋਰੀ ਆ, ਅਸੀਂ ਵੀ ਜਿੱਦਣ ਪਹਿਲੀ ਵਾਰ ਇੱਥੇ ਆਏ ਹਾਂ ਅਤੇ ਅਸੀਂ ਵੀ ਆਹੀ ਕੁਛ ਫੀਲ ਕਰਦੇ ਸੀਗੇ, ਹੈ ਨਾ, ਅਤੇ ਸਾਡੇ ਨਾਲ ਵੀ ਬਹੁਤ ਬੰਦਿਆਂ ਨਾਲ ਉਹ ਚੀਜ਼ਾਂ ਰਿਲੇਟ ਕੀਤੀਆਂ, ਕਰਕੇ ਤਕਰੀਬਨ 90% ਚੀਜ਼ਾਂ ਹੈ ਨਾ ਰੀਅਲ ਫੈਕਟਰਸ 'ਤੇ ਆਧਾਰਿਤ ਆ ਸਾਰੀਆਂ, ਜੋ ਰੀਅਲ ਇੰਸੀਡੈਂਟਸ ਹੋਏ ਨੇ ਕੁਛ ਸਾਡੇ ਯਾਰਾਂ ਦੋਸਤਾਂ ਨਾਲ, ਜੋ ਵੀ ਅਸੀਂ ਸੁਣਿਆ ਚੀਜ਼ਾਂ, ਜੋ ਵੀ ਦੇਖੀਆਂ, ਹੈ ਨਾ। ਫਿਲਮ ਦੇ ਰਾਈਟਰ ਨੇ ਗਿਲ ਰੋਂ ਤਾਂ ਉਹਨਾਂ ਨੇ ਵੀ ਕਾਫੀ ਉਹ ਚੀਜ਼ਾਂ ਸੁਣੀਆਂ ਹੋਈਆਂ ਸੀਗੀਆਂ, ਕਾਫੀ ਰਿਲੇਟੇਬਲ ਸੀਗੀਆਂ ਉਹਨਾਂ ਦੇ। ਸਿੱਧੂ ਹੁਣਾਂ ਨੇ ਸਟੂਡੈਂਟ ਜ਼ਿੰਦਗੀ ਖੜਾਈ ਹੋਈ ਸੀ ਇੱਥੇ, ਉਹ ਵੀ ਐਜ਼ ਏ ਸਟੂਡੈਂਟ ਹੀ ਆਏ ਸੀ ਕੈਨੇਡਾ 'ਚ, ਸੋ ਬਹੁਤ ਚੀਜ਼ਾਂ ਰੀਅਲ ਸੀਗੀਆਂ, ਉਹਦੇ ਕਰਕੇ ਲੋਕਾਂ ਨੂੰ ਬਹੁਤ, ਸਟੂਡੈਂਟਾਂ ਨੂੰ ਆਪਦੀਆਂ ਚੀਜ਼ਾਂ ਆਪਦੇ ਪਲ ਹੀ ਲੱਗੇ, ਸੋ ਉਹ ਮੈਸੇਜਸ ਕਰਕੇ ਜਦੋਂ ਇੱਦਾਂ ਭੇਜਦੇ ਸੀਗੇ ਨਾ, ਤੇ ਉਹ ਲੱਗਦਾ ਸੀਗਾ ਵੀ ਆ ਸਹੀ ਹੋ ਰਿਹਾ ਸਾਰਾ ਕੁਝ ਜੀ, ਸੋ ਮੋਟਿਵ ਪੂਰਾ ਹੋਇਆ ਹੈ। ਹਾਂਜੀ ਜੀ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਫਿਲਮ ਕਾਫੀ ਲੇਟ ਰਿਲੀਜ਼ ਹੋਈ, ਸੋ ਡੈਫੀਨੇਟਲੀ ਇਹਦਾ ਨੁਕਸਾਨ ਵੀ ਹੋਇਆ ਹੋਏਗਾ, ਕਿਉਂਕਿ ਇਹ ਫਿਲਮ ਆਈ ਥਿੰਕ 2019 'ਚ ਰਿਲੀਜ਼ ਹੋਣੀ ਸੀਗੀ, ਪਰ ਬਿਕੋਜ਼ ਆਫ ਪੈਂਡੈਮਿਕ ਐਜ਼ ਯੂ ਸੈਡ ਕਿ ਲੇਟ ਹੋ ਗਈ, ਤੇ ਜਿਹੜਾ ਉਹਦਾ ਨੁਕਸਾਨ ਹੋਇਆ, ਤੁਹਾਨੂੰ ਲੱਗਦਾ ਕਿ ਹੁਣ ਉਹ ਨੁਕਸਾਨ ਪੂਰਾ ਹੋਇਆ ਹੈ? ਪੂਰਾ ਹੋ ਗਿਆ ਜੀ, ਸਾਰਾ ਬਾਕਸ ਆਫਿਸ ਟਾਈਪ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ ਨੇ, ਅਤੇ ਜੋ ਸਾਡਾ ਲੱਗਿਆ ਸਾਰਾ ਕੁਛ ਠੀਕ ਹੈ ਜੀ, ਐਨ ਆਲ ਸੈੱਟ ਆ। ਫਿਲਮ ਇਹ 4 ਮਈ 2018 ਨੂੰ ਦਾਣਾ ਪਾਣੀ ਰਿਲੀਜ਼ ਹੋਈ ਸੀ, ਅਤੇ ਮੈਨੂੰ ਯਾਦ ਆ ਵੀ ਅਸੀਂ ਜੁਲਾਈ ਦੇ ਵਿੱਚ, ਜੁਲਾਈ ਔਗਸਟ ਅਸੀਂ ਇਸ ਵਿਸ਼ੇ 'ਤੇ ਗੱਲ ਕਰਨੀ ਸ਼ੁਰੂ ਕੀਤੀ, ਅਤੇ ਨਵੰਬਰ ਦੇ ਵਿੱਚ ਇਹਦੀ ਅਨਾਊਂਸਮੈਂਟ ਕਰਤੀ ਸੀ, ਅਕਤੂਬਰ 'ਚ ਅਨਾਊਂਸਮੈਂਟ ਕਰਤੀ ਸੀ 2018 'ਚ, ਅਤੇ ਸੋ 2021 'ਚ ਰਿਲੀਜ਼ ਹੋਈ ਜਾ ਕੇ ਜੀ। ਸੋ ਉਹਨਾਂ ਟਾਈਮ ਇੰਨਾ ਟਾਈਮ ਲੱਗਿਆ। ਹਾਂਜੀ, ਫਿਰ ਪਹਿਲਾਂ ਉਹਦੇ ਪ੍ਰੀ ਪ੍ਰੋਡਕਸ਼ਨ 'ਤੇ ਬਹੁਤ ਟਾਈਮ ਲੱਗਦਾ ਜੀ, ਇਹਨਾਂ ਚੀਜ਼ਾਂ ਨੂੰ ਪ੍ਰਪੇਅਰ ਕਰ ਲਈ, ਹੈ ਨਾ। 2019 'ਚ ਅਸੀਂ ਸ਼ੂਟ ਸ਼ੁਰੂ ਕੀਤਾ ਸੀਗਾ ਐਕਚੁਅਲੀ 'ਚ, ਇੱਥੇ ਕੈਨੇਡਾ 'ਚ ਆ ਕੇ ਵੈਨਕੂਵਰ, ਸੋ 2019 'ਚ ਸ਼ੂਟ ਹੋਇਆ, ਦੈਨ ਸਾਰਾ ਸਾਲ ਐਂ ਨਿਕਲ ਗਿਆ, ਅਤੇ ਆਈ ਥਿੰਕ ਸੈਪਟੈਂਬਰ 'ਚ ਫਿਰ ਇਹਦੀ ਪੋਸਟ ਪੂਸਟ ਸਾਰਾ ਕੁਛ ਕਰਕੇ ਫਿਲਮ ਆਪਾਂ ਰੈਡੀ ਕੀਤੀ ਸੀ ਨਵੰਬਰ 2019  'ਚ, ਅਤੇ ਜਿਸ ਤੱਕ ਮੈਨੂੰ ਯਾਦ ਆ ਵੀ ਮਾਰਚ ਦੇ ਲਾਸਟ ਵੀਕ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਫਿਲਮ ਰਿਲੀਜ਼ ਹੋਣੀ ਸੀਗੀ, ਸ਼ਾਇਦ 3 ਅਪ੍ਰੈਲ ਅਸੀਂ ਰਿਲੀਜ਼ ਡੇਟ ਰੱਖੀ ਸੀ 2020, ਅਤੇ 20 ਮਾਰਚ ਨੂੰ ਕੋਵਿਡ ਵਾਲਾ ਇਹ ਸਿਸਟਮ ਲੋਕਡਾਊਨ ਹੁੰਦਾ, ਅਤੇ 20 ਮਾਰਚ ਨੂੰ ਹੀ ਅਸੀਂ ਪ੍ਰੋਮੋ ਪਾਉਣਾ ਸੀਗਾ, ਸੋ ਇਹਦਾ ਥਰਡ ਪ੍ਰੋਮੋ, ਅਫੀਸ਼ੀਅਲ ਪ੍ਰੋਮੋ ਰਿਲੀਜ਼ ਹੋਣਾ ਸੀ, ਸੋ 18 ਤਰੀਕ ਨੂੰ, ਮੈਨੂੰ ਯਾਦ ਹੀ ਆ ਸਾਰੀਆਂ ਗੱਲਾਂ, ਉਹ ਡੇਟਾਂ ਵੀ ਯਾਦ ਨੇ ਕਿ ਮੈਂ ਚੰਡੀਗੜ੍ਹ ਤੋਂ ਟਰੈਵਲ ਕਰਨ ਲੱਗਿਆ ਸੀ ਬੰਬੇ, ਅਤੇ ਫਾਈਨਲ ਉੱਥੋਂ ਆਊਟਪੁੱਟਸ ਭੇਜਣ ਲੱਗਿਆ ਸੀ ਵੀ 20 ਤਰੀਕ ਨੂੰ ਸਿੱਧਾ ਆਪਾਂ ਪ੍ਰੋਮੋ ਹੀ ਪਾਉਂਦੇ ਹਾਂ, ਵੀ ਅਨਾਊਂਸਮੈਂਟ ਨਹੀਂ ਕੋਈ ਕਰਨੀ, ਸੋ 18 ਨੂੰ ਮਾਹੌਲ ਜਿਹਾ ਬਣਨਾ ਸ਼ੁਰੂ ਹੋ ਗਿਆ ਸੀਗਾ ਵੀ ਇਹ ਕੋਵਿਡ ਕੁਛ ਇੱਦਾਂ ਦੀ ਕੋਈ ਚੀਜ਼ ਆ ਗਈ ਆ, ਕੋਈ ਇਹੋ ਜਿਹੀ ਚੀਜ਼ ਆ ਜਿਹਨਾਂ ਫਲਾਈਟਾਂ ਬੰਦ ਹੋ ਜਾਣੀਆਂ, ਅਤੇ ਮੈਨੂੰ ਮੇਰੇ ਦੋਸਤ ਕਹਿੰਦੇ ਵੀ ਤੂੰ ਟਰੈਵਲ ਨਾ ਕਰ ਨਾ, ਜਾਂ ਬੰਬੇ ਨਾ ਜਾ, ਪਤਾ ਨਹੀਂ ਉੱਥੇ ਨਾ ਫਸ ਜੀ, ਹੈ ਨਾ, ਵੀ ਤੂੰ ਇੱਥੇ ਰਹਿ, ਚੰਡੀਗੜ੍ਹ ਹੀ ਰਹਿ, ਸੋ ਮੈਨੂੰ ਉਹ ਦਿਨ ਯਾਦ ਆ ਜੀ, 18 ਤਰੀਕ 19 ਤਰੀਕ ਨੂੰ ਰਾਤ ਦੇ 12 ਵਜੇ ਤੋਂ ਕੋਈ ਇੱਦਾਂ ਦੀਆਂ ਅਨਾਊਂਸਮੈਂਟਸ ਹੀ ਹੁੰਦੀਆਂ ਨੇ, ਅਤੇ 20 ਤੋਂ ਸਾਰਾ ਕੁਛ ਬੰਦ, ਹੋਟਲਸ ਬੰਦ, ਚੀਜ਼ਾਂ ਬੰਦ, ਵੀ ਇੱਕ ਦਿਨ ਵਾਸਤੇ ਸਾਰਾ ਕੁਛ ਬੰਦ, ਦੈਟਸ ਅ ਡੇਂਜਰਸ ਟਾਈਮ। ਆਫ ਕੋਰਸ ਕੀ ਰਿਐਕਸ਼ਨ ਸੀਗਾ ਉਦੋਂ? ਕੁਛ ਨਹੀਂ, ਸਮਝ ਹੀ ਨਹੀਂ ਕੁਛ ਲੱਗ ਰਿਹਾ ਸੀਗਾ ਵੀ ਇਹ ਕੀ ਹੋ ਕੀ ਗਿਆ ਇੱਕਦਮ, ਹੈ ਨਾ,
ਫਿਰ ਐਂ ਸੋਚਿਆ ਵੀ ਹੁਣ ਆਪਾਂ ਫਿਲਹਾਲ ਫਿਲਮ ਲਈ ਕੀ ਕਰੀਏ, ਵੀ ਫਿਲਮ ਤਾਂ ਅਸੀਂ ਰਿਲੀਜ਼ ਡੇਟ ਦਾ ਸਾਰਾ ਪਲਾਨ ਆ, ਪੂਰਾ ਗੱਲਾਂ ਗੁੱਲਾਂ ਸਾਰਾ ਕੁਝ ਹੋਈਆਂ ਹੋਈਆਂ ਸੀ, ਕਿਵੇਂ ਗਾਣੇ ਰਿਲੀਜ਼ ਕਰਨੇ ਨੇ, ਲਾਈਕ ਬਹੁਤ ਵੱਡਾ ਪ੍ਰੋਸੈਸ ਹੁੰਦਾ ਹੈ ਨਾ ਇਹ। ਐਬਸੋਲੂਟਲੀ। ਤੇ ਵੀ ਇੱਕਦਮ ਨਹੀਂ ਹੁੰਦਾ ਕਿ ਇਕੱਲਾ ਆਪਾਂ ਉਹ ਕਰ ਦਿੱਤਾ, ਉਹ ਸਾਰੀਆਂ ਚੀਜ਼ਾਂ ਹੁਣ ਸਮਝ ਨਹੀਂ ਸੀ ਆ ਰਹੀਆਂ, ਸਾਰੇ ਕੁਐਸਚਨ ਵੀ ਕੀ ਕਰਨਾ, ਵਟਸ ਨੈਕਸਟ ਵਟਸ ਨੈਕਸਟ, ਮੈਨੂੰ ਵੀ ਨਹੀਂ ਸੀ ਸਮਝ ਲੱਗਦਾ ਵੀ ਕੀ ਕਰਨਾ ਵੀ ਹੋਣਾ, ਕੋਵਿਡ ਪਤਾ ਨਹੀਂ ਖਤਮ ਕਿੱਦਾਂ ਹੋਣਾ, ਕੋਈ ਕਹਿੰਦਾ ਸੀ ਇੱਕ ਦਿਨ 'ਚ ਖਤਮ ਹੋ ਜੂ, ਦੋ ਦਿਨਾਂ 'ਚ ਖਤਮ ਹੋ ਜੂ, ਕੋਈ ਕਹਿੰਦਾ ਸੀ ਇੱਕ ਵੀਕ ਚੱਲੂਗਾ, ਹੈ ਨਾ। ਸੋ ਔਖਾ ਸੀ ਜੀ ਸਮਾਂ, ਬਟ ਨਿਕਲ ਗਿਆ, ਨਿਕਲ ਗਿਆ ਬਿਲਕੁਲ, ਔਰ ਹੁਣ ਰਿਸਪੌਂਸ ਬਹੁਤ ਵਧੀਆ ਮਿਲਿਆ। ਸੋ ਡੇਢ ਸਾਲ ਤੁਸੀਂ ਵੇਟ ਕੀਤੀ ਇਸ ਫਿਲਮ ਨੂੰ ਰਿਲੀਜ਼ ਕਰਨ ਦੀ, ਉਸ ਡੇਢ ਸਾਲ ਦੇ ਵਿੱਚ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਤੁਸੀਂ ਫਿਲਮ ਬਾਰ ਬਾਰ ਬਹਿ ਕੇ ਦੇਖੀ ਅਤੇ ਫਿਰ ਕੁਛ ਸੀਨਸ ਕੱਟੇ ਵੀ ਹੋਣਗੇ ਉਹਦੇ ਵਿੱਚੋਂ, ਕਿਉਂਕਿ ਬਾਰ ਬਾਰ ਜਦੋਂ ਕੋਈ ਦੇਖਦੇ ਹੋ ਚੀਜ਼ ਨੂੰ ਤਾਂ ਲੱਗਦਾ ਕਿ ਇਹ ਚੀਜ਼ ਨਿਕਾਲ ਦੇ ਦੀਏ, ਇਹ ਚੀਜ਼ ਨਿਕਾਲ ਦੀਏ ਜਾਂ ਇਹ ਚੀਜ਼ ਨਿਕਾਲ ਦੀਏ, ਰਾਈਟ? ਹਾਂਜੀ, ਇਵੇਂ ਲੱਗਦਾ ਤਾਂ ਹੁੰਦਾ, ਅਤੇ ਇੱਦਾਂ ਕੀਤਾ ਵੀ ਬਹੁਤ ਇਹੋ ਜਿਹੇ ਚੇਂਜਸ ਨੇ ਫਿਲਮ ਦੇ ਵਿੱਚ ਜਿਹੜੇ ਮੈਨੂੰ ਲੱਗਦਾ ਵੀ ਇਸ ਕੋਵਿਡ ਦੌਰਾਨ ਹੀ ਹੋਏ ਨੇ, ਅਤੇ ਜਿਹੜੇ ਫਿਲਮ ਦੀ ਖੂਬਸੂਰਤੀ ਨੂੰ ਨਿਖਾਰਦੇ ਨੇ। ਸੋ ਜੋ ਹੁੰਦਾ ਪਰਮਾਤਮਾ ਵਧੀਆ ਹੀ ਕਰਦਾ ਕਹਿੰਦੇ ਹੁੰਦੇ ਨਾ, ਸੋ ਵਧੀਆ ਹੀ ਕੀਤਾ ਪਰਮਾਤਮਾ ਨੇ, ਉਹ ਟਾਈਮ ਮਿਲ ਗਿਆ, ਸੋ ਸਾਨੂੰ ਹੋਰ ਨਿਖਾਰਨ ਦਾ ਸਮਾਂ ਮਿਲ ਗਿਆ। ਤੇ ਪਰ ਜੇ ਮੈਂ ਓਨੈਸਟਲੀ ਕਹਾਂ, ਬਟ ਇਹ ਬਹੁਤ ਔਖਾ ਟਾਈਮ ਸੀਗਾ, ਨਿਕਲ ਗਿਆ ਬਸ ਜੀ। ਤਰਨਵੀਰ ਜੀ, ਅਸੀਂ ਦੇਖਿਆ ਹੈ ਕਿ ਸਟੂਡੈਂਟਸ ਦੀ ਜਿਹੜੀ ਲਾਈਫ ਹੁੰਦੀ ਹੈ ਡੈਫੀਨੇਟਲੀ ਬਹੁਤ ਹਾਰਡ ਹੁੰਦੀ ਹੈ, ਸਟਰਗਲਸ ਹੁੰਦੀਆਂ ਨੇ, ਅਚੀਵਮੈਂਟਸ ਹੁੰਦੀਆਂ ਨੇ, ਐਂਡ ਉੱਥੇ ਦੂਜੇ ਪਾਸੇ ਬਾਹਰਲੇ ਮੁਲਕਾਂ ਦੇ ਵਿੱਚ ਲੋਕਾਂ ਦਾ ਜਿਹੜੇ ਇੱਥੇ ਦੇ ਸਿਟੀਜ਼ਨਸ ਹੈਗੇ ਨੇ ਉਹਨਾਂ ਦਾ ਇੱਕ ਅਲੱਗ ਮਾਇੰਡਸੈਟ ਬਣਿਆ ਹੋਇਆ ਹੈ ਕਿ ਸਟੂਡੈਂਟਸ ਬਹੁਤ ਮਿਸਯੂਜ਼ ਕਰਦੇ ਨੇ ਜਾਂ ਘਰ ਉਹਨਾਂ ਨੂੰ ਰੈਂਟ 'ਤੇ ਦਿਓ ਅਤੇ ਸਾਫ਼ ਸਫਾਈ ਨਹੀਂ ਰੱਖਦੇ ਜਾਂ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ। ਸੋ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਫਿਲਮ ਹੈਗੀ ਇੱਕ ਅਵੇਅਰਨੈਸ ਲੈ ਕੇ ਆਏਗੀ ਕਿ ਜਿਹੜੇ ਬੱਚੇ ਨੇ ਉਹ ਬਹੁਤ ਹਾਰਡ ਲਾਈਫ ਜੀ ਰਹੇ ਨੇ ਇੱਥੇ? ਜੀ 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 ਬਿਲਕੁਲ। ਸੋ ਜਿਵੇਂ ਤੁਸੀਂ ਕਿਹਾ, ਇਹ ਸੱਚ ਆ, ਇੱਦਾਂ ਸੋਚਦੇ ਨੇ ਸਾਰੇ, ਹੈ ਨਾ। ਪਰ ਹੈ ਨਾ ਜਸਲੀਨ ਜੀ, ਇੱਕ ਦੂਜਾ ਅੱਡ ਪਰਸਪੈਕਟਿਵ ਹੁੰਦਾ ਕਿਸੇ ਵੀ ਚੀਜ਼ ਨੂੰ ਸੋਚਣ ਦਾ, ਮਤਲਬ ਦੋ ਗੱਲਾਂ ਹੁੰਦੀਆਂ ਨੇ ਹਰ ਵਕਤ ਇਨਸਾਨ ਕੋਲ, ਵੀ ਜਾਂ ਆ, ਹੈ ਨਾ। ਸੋ ਜੋ ਉਹਨਾਂ ਦੀ ਮੈਂਟੈਲਿਟੀ ਆ, ਸੋ ਸਾਨੂੰ ਕਿਸੇ ਨਾ ਕਿਸੇ ਤਰੀਕੇ ਆਪਾਂ ਕਹਿ ਦਿੰਦੇ ਹਾਂ ਵੀ ਆਹ ਚੀਜ਼ ਸ਼ਾਇਦ ਗਲਤ ਆ, ਪਰ ਪਤਾ ਨਹੀਂ ਉਹਦੇ ਦਿਲ 'ਚ ਕੀ ਚੱਲਦਾ ਹੋਣਾ, ਹੈ ਨਾ। ਲਾਈਕ ਆਪਾਂ ਨੂੰ ਦੂਜਾ ਪਾਸਾ, ਦੂਜਾ ਇਨਸਾਨ ਬਣ ਕੇ ਕਹਿੰਦੇ ਹੁੰਦੇ ਨਾ ਵੀ ਦੂਜੇ ਦੇ ਸ਼ੂ 'ਚ ਜਾ ਕੇ ਸੋਚੋ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਉਹ, ਵੀ ਤੁਹਾਨੂੰ ਉਹਨਾਂ ਦਾ ਪਰਸਪੈਕਟਿਵ ਜਾਣਨਾ ਚਾਹੀਦਾ। ਸੋ ਮੈਨੂੰ ਇਹ ਲੱਗਦਾ ਵੀ ਯੈਸ ਆਈ ਐਮ ਸਟੂਡੈਂਟ ਇੱਕ ਇਹੋ ਜਿਹਾ ਤਰੀਕਾ ਸੀਗਾ ਥਰੂ ਸਿਨੇਮਾ ਕਿ ਅਸੀਂ ਜਿਹੜਾ ਦੋਨਾਂ ਦੇ ਵਿੱਚ ਗੈਪ ਆ, ਸਾਡੀ ਆਪਦੀ ਕਮਿਊਨਿਟੀ, ਹੈ ਨਾ, ਆਪਦੀ ਕਮਿਊਨਿਟੀ ਦੇ ਰੌਲੇ ਤਾਂ ਆਪਣਿਆਂ ਦੇ ਹੀ ਰੌਲੇ ਹੁੰਦੇ ਨੇ, ਆਪਣੇ ਹੀ ਤੁਹਾਨੂੰ ਪਿਆਰ ਕਰਦੇ ਨੇ, ਆਪਣੇ ਤੁਹਾਨੂੰ ਨਫ਼ਰਤ ਕਰਦੇ ਨੇ। ਸੋ ਉਹਨਾਂ ਦੇ ਵਿੱਚ ਵੀ ਉਹ ਸਾਡੀਆਂ ਫੈਮਲੀਆਂ ਨੂੰ ਵੀ ਇਹ ਗੱਲ ਸਮਝ ਆਵੇ ਕਿ ਉਹਨਾਂ ਦੇ ਦਿਲ 'ਚ ਉਹਨਾਂ ਦੇ ਹਾਲਾਤ ਕੀ ਚੱਲਦੇ ਨੇ, ਜਿਹੜੀਆਂ ਚੀਜ਼ਾਂ ਆਪਾਂ ਨੂੰ ਦਿਖਦੀਆਂ ਨੇ, ਹੈ ਨਾ। ਸੋ ਉਹਨਾਂ ਨੂੰ ਵੀ ਇਹ ਸਮਝ ਆਵੇ, ਸਟੂਡੈਂਟਾਂ ਨੂੰ ਵੀ ਪਤਾ ਲੱਗੇ, ਮਤਲਬ ਦੋਨਾਂ ਦਾ ਬਰਾਬਰ ਯੋਗਦਾਨ ਹੈ ਇਸ ਚੀਜ਼, ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਨੇ ਯਾਰ ਕਿੰਨੀਆਂ ਮਿਹਨਤਾਂ ਕਰਕੇ ਇੱਥੇ ਸਭ ਕੁਝ ਬਣਾਇਆ, ਅਤੇ ਅਸੀਂ ਵੀ ਕੁਛ ਚੀਜ਼ਾਂ ਹਰਕਤਾਂ ਇਹੋ ਜਿਹੀਆਂ ਨਾ ਕਰੀਏ, ਅਸੀਂ ਵੀ ਪਿੰਡੋਂ ਆਪਦਾ ਪੈਸਾ, ਜ਼ਮੀਨ ਜਾਇਦਾਦ ਕਿੱਦਾਂ ਗਹਿਣੇ ਰੱਖ ਕੇ ਇੱਥੇ ਪਹੁੰਚੇ ਹਾਂ, ਵੀ ਸਾਡੇ ਵੀ ਆਪਦੇ ਕੁਛ ਇਹੋ ਜਿਹਾ ਬੇਸਿਕ ਐਥਿਕਸ ਨੇ ਕਿ ਅਸੀਂ ਉਹ ਚੀਜ਼ਾਂ ਨੂੰ ਖਰਾਬ ਨਾ ਕਰੀਏ, ਇੱਥੇ ਆ ਕੇ ਜੇ ਫਰੀਡਮ ਆ ਅਤੇ ਉਹਦਾ ਨਜਾਇਜ਼ ਫਾਇਦਾ ਨਾ ਚੱਕੀਏ, ਵੀ ਜੋ ਕੁਛ ਇੱਥੇ ਹੁੰਦਾ ਹੀ ਆ ਸਭ ਨੂੰ ਪਤਾ ਹੀ ਆ ਨਾ, ਵੀ ਉਹ ਚੀਜ਼ਾਂ ਅਸੀਂ ਨਾ ਕਰੀਏ, ਮਤਲਬ ਮੈਂ ਸਭ ਨੂੰ ਪਤਾ ਹੀ ਆ ਸਾਰੀਆਂ ਗੱਲਾਂ ਨਾ। ਸੋ ਚੀਜ਼ਾਂ ਠੀਕ ਹੋਣ ਦੇ ਲਈ ਮੈਨੂੰ ਲੱਗਦਾ ਕਿ ਇਹ ਫਿਲਮ ਹੈਲਪ ਕਰੂਗੀ, ਜੇ ਕੋਈ ਧਿਆਨ ਨਾਲ ਬੈਠ ਕੇ ਦੋਨਾਂ ਦੇ ਪਰਸਪੈਕਟਿਵ ਸਮਝਣ ਦੀ ਕੋਸ਼ਿਸ਼ ਕਰੇ, ਵੀ ਜੇ ਕੋਈ ਸਟੂਡੈਂਟ ਆ ਤਾਂ ਉਹ ਦੁਖੀ ਆ ਅਤੇ ਉਹ ਦੁਖੀ ਕਿਉਂ ਆ ਜੀ, ਉਹ ਵੀ ਆਪਦੀ ਜਗ੍ਹਾ ਸਹੀ ਨੇ, ਜੇ ਤੁਸੀਂ ਕਿਸੇ ਨੂੰ ਆਪਦਾ ਘਰ ਕਿਰਾਏ 'ਤੇ ਦਿੱਤਾ ਅਤੇ ਤੁਸੀਂ ਉਹਨੂੰ ਉਹਦਾ ਨਜਾਇਜ਼ ਫਾਇਦਾ ਚੱਕ ਰਹੇ ਹੋ, ਜੇ ਕੋਈ ਸਿਆਣਾ ਆ ਅਤੇ ਉੱਥੇ ਉਹ ਖਲਾਰਾ ਪਾ ਰਹੇ ਹੋ, ਗੰਦ ਪਾ ਰਹੇ ਹੋ, ਉਹ ਚੀਜ਼ਾਂ ਬਿਲਕੁਲ ਜਾਇਜ਼ ਨੇ, ਬਟ ਸਾਰੇ ਇਹੋ ਜਿਹੇ ਨਹੀਂ ਹੈਗੇ ਨਾ, 1% ਨੇ ਉਹ ਜਿਹੇ, ਉਹਦੇ ਚੱਕਰ 'ਚ 99% ਬੰਦਿਆਂ ਨੂੰ ਉਹ ਸੇਮ ਚੀਜ਼ ਟਿਕ ਟੈਗ ਲੱਗ ਜਾਂਦਾ ਵੀ ਸ਼ਾਇਦ ਕਰੇ ਸਾਰੇ ਸਟੂਡੈਂਟ ਹੀ ਇਹੋ ਜਿਹੇ ਨੇ। ਸੋ ਉਹ ਮਸਲਾ ਇਹਨੂੰ ਠੀਕ ਕਰਨ ਦਾ, ਅਤੇ ਮੈਨੂੰ ਲੱਗਦਾ ਵੀ ਫਿਲਮ ਬਹੁਤ ਹੈਲਪ ਕਰੂਗੀ ਜੇ ਕੋਈ ਪਿਆਰ ਨਾਲ ਇਹ ਚੀਜ਼ ਸੋਚ ਕੇ ਦੇਖੇ ਵੀ ਹਾਂ ਵੀ ਸਾਡੇ ਦਿਲ 'ਚ ਆ ਵੀ ਇਹਨਾਂ ਦੇ ਵਿਚਾਰਿਆਂ ਨਾਲ ਆਹ ਕੁਛ ਹਾਲਾਤ ਹੁੰਦੇ ਨੇ, ਵੀ ਇਹ ਇੰਨਾ ਔਖਾ ਇੱਦਾਂ ਕੰਮ ਕਰਦੇ ਨੇ, ਆਹ ਚੀਜ਼ਾਂ ਕਰਦੇ ਨੇ, ਹੈ ਨਾ, ਸ਼ਾਇਦ ਚੀਜ਼ਾਂ ਠੀਕ ਹੋ ਸਕਣ। ਐਂਡ ਆਈ ਥਿੰਕ ਹਲੇ ਵੀ ਕਮਿਊਨਿਟੀ ਦੇ ਵਿੱਚ ਕਾਫੀ ਲੋਕ ਅਜਿਹੇ ਹੈਗੇ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਇੱਕ ਸੋਫਟ ਕੋਰਨਰ ਹੈਗਾ ਬੱਚਿਆਂ ਦੀ, ਖਾਸ ਕਰਕੇ ਕਿ ਉਹ ਬਹੁਤ ਮਿਹਨਤ ਕਰਦੇ ਨੇ ਇਸੇ, ਸੋ ਕਿਤੇ ਨਾ ਕਿਤੇ ਇੱਕ ਸੋਫਟ ਕੋਰਨਰ ਹੈਗਾ ਡੈਫੀਨੇਟਲੀ। ਐਂਡ ਸਟੂਡੈਂਟਸ ਦਾ ਜਿਹੜਾ ਇਸ਼ੂ ਹੈਗਾ ਉਹ ਆਈ ਥਿੰਕ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਘਰ ਘਰ ਦੀ ਕਹਾਣੀ ਹੈ ਕਿ ਪੰਜਾਬ ਤੋਂ ਖਾਸ ਕਰਕੇ ਬੱਚੇ ਇੱਥੇ ਆਉਂਦੇ ਨੇ ਅਤੇ ਰਹਿੰਦੇ ਨੇ ਅਤੇ ਸਟਰਗਲ ਕਰਦੇ ਨੇ। ਹਾਂਜੀ ਬਿਲਕੁਲ ਬਿਲਕੁਲ, ਪਰ ਕੁਛ ਇਨਸਾਨ ਨਾ ਇਹੋ ਜਿਹੇ ਹੁੰਦੇ ਨੇ ਭੈਣੇ ਵੀ ਯਾਰ, ਉਹਨਾਂ ਨੇ ਆਪਦਾ ਪਤਾ ਨਹੀਂ ਕੀ ਦੇਖਿਆ, ਹੁਣ ਕੁਛ ਹੁਣ ਦੀ ਅੱਜ ਦੀ ਉਹ ਗੱਲ ਦੱਸਦਾ ਵੀ ਹੁਣੇ ਥੋੜ੍ਹਾ ਟਾਈਮ ਪਹਿਲਾਂ ਕੋਈ ਮੈਨੂੰ ਇਨਸਾਨ ਮਿਲਣਾ, ਮੈਂ ਜਾਣਦਾ ਨਹੀਂ ਉਹਨਾਂ ਨੂੰ ਕਦੇ ਵੀ ਪਹਿਲੀ ਵਾਰ ਮਿਲ ਰਿਹਾ, ਉਹ ਬਿਨਾਂ ਕਿਸੇ ਜੱਜਮੈਂਟ ਤੋਂ, ਬਿਨਾਂ ਕੋਈ ਚੀਜ਼ ਦੇਖੇ ਹੋਏ ਕਿਸੇ ਸਪੈਸੀਫਿਕ ਬੰਦੇ ਬਾਰੇ ਤੁਸੀਂ ਬੋਲਣਾ, ਹੈ ਨਾ, ਵੀ ਉਹ ਮਤਲਬ ਦੁਨੀਆ ਇਹੋ ਜਿਹੀ ਵੀ ਹੈਗੀ ਇੱਥੇ, ਇਸੀ ਦੁਨੀਆ 'ਤੇ ਇਹੋ ਜਿਹੇ ਲੋਕ ਵੀ ਵੱਸਦੇ ਨੇ ਵੀ ਜਿਹੜੇ ਸਿਰਫ
ਮਤਲਬ ਦੂਜਾ ਦੂਜੀ ਚੀਜ਼ ਸਮਝਣਾ ਨਹੀਂ ਚਾਹੁੰਦੇ, ਜੇ ਕੋਈ ਦੂਜੀ ਚੀਜ਼ ਨੂੰ ਸਮਝਣਾ ਨਹੀਂ ਚਾਹੁੰਦਾ, ਜੇ ਮੈਂ ਤੁਹਾਡੀ ਜਗ੍ਹਾ ਬੈਠ ਕੇ ਉੱਥੇ ਸੋਚ ਹੀ ਨਹੀਂ ਸਕਦਾ ਕਿ ਉਹਨਾਂ ਦੇ ਦਿਲ 'ਚ ਕੀ ਚੱਲ ਰਿਹਾ ਅਤੇ ਉਹ ਕਿਵੇਂ ਇਹ ਸਾਰਾ ਸੈਟਅਪ ਕਿਵੇਂ ਚੱਲ ਰਿਹਾ, ਜੇ ਸੋਚ ਨਹੀਂ ਸਕਦੇ ਫਿਰ ਤੁਹਾਡਾ ਮੈਨੂੰ ਲੱਗਦਾ ਵੀ ਪਰਮਾਤਮਾ ਨੇ ਤੁਹਾਨੂੰ ਦਿਮਾਗ ਦਿੱਤਾ ਉਹਦਾ ਕੋਈ ਫਾਇਦਾ ਹੀ ਨਹੀਂ ਲੈ ਰਿਹਾ, ਤੁਸੀਂ ਸਿਰਫ ਉਹਦੇ ਇੱਕ ਬੈਠਿਆ ਵੀ ਆਪਦਾ ਕੰਮ ਕਰ ਰਹੇ ਹੋ, ਸਵੇਰੇ ਉੱਠੇ 9 ਵਜੇ ਕੰਮ ਚੱਲ ਗਏ, ਘਰੇ ਆ ਗਏ, ਉਹਦੇ ਹੋਰ ਵੀ ਕੰਮ ਨੇ, ਹੈ ਨਾ, ਦੁਨੀਆਦਾਰੀ ਨੂੰ ਸਮਝਣ ਦੀ ਲੋੜ ਆ। ਸੋ ਸਾਨੂੰ ਉਹ ਚੀਜ਼ਾਂ ਸਮਝਾਂਗੇ ਤਾਂ ਜ਼ਿੰਦਗੀ ਖੂਬਸੂਰਤ ਹੋਊਗੀ, ਜੇ ਉਹੀ ਰੌਲਿਆਂ ਰੱਪਿਆਂ 'ਚ ਉਹੀ ਈਗੋ ਪ੍ਰੋਬਲਮ ਉਹਨਾਂ 'ਚ ਹੀ ਚੱਲੀ ਜਾਊਗਾ ਤਾਂ ਸ਼ਾਇਦ ਆਪਾਂ ਵੀ ਬਸ ਜਿਵੇਂ ਵੀ ਉਹੀ 9 to 5 ਵਾਲਾ ਕੰਮ ਰਹਿ ਜਾਣਾ। ਜੀ ਜੀ ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕਹੀ ਤਰਨਵੀਰ ਜੀ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅਤੇ ਸਾਡੀ ਗੱਲਬਾਤ ਚੱਲ ਰਹੀ ਹੈ ਫਿਲਮ ਯੈਸ ਆਈ ਐਮ ਸਟੂਡੈਂਟ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਜੀ ਦੇ ਨਾਲ। ਤਰਨਵੀਰ ਜੀ, ਜਿਸ ਤਰ੍ਹਾਂ ਅਸੀਂ ਤੁਹਾਡੀ ਫਿਲਮ ਦੀ ਗੱਲ ਕਰ ਰਹੇ ਹਾਂ, ਮੇਰਾ ਸਵਾਲ ਇਹ ਹੈਗਾ ਕਿ ਕਿਉਂ ਤੁਹਾਨੂੰ ਲੱਗ ਗਿਆ ਕਿ ਤੁਹਾਨੂੰ ਇਸ ਕਨਸੈਪਟ ਉੱਤੇ ਫਿਲਮ ਬਣਾਉਣ ਦੀ ਲੋੜ ਹੈਗੀ ਹੈ? ਕਰਕੇ ਇਹ ਨਾ ਇੱਕ ਹੁਣ ਇਸ ਵਕਤ ਦਾ ਕਰੰਟ ਵਿਸ਼ਾ ਚੱਲ ਰਿਹਾ ਸੀਗਾ, ਅਤੇ ਦੂਜੀ ਗੱਲ ਸੀਗੀ ਕਿ ਮੈਨੂੰ ਐਂ ਲੱਗਦਾ ਵੀ ਜੇ ਫਿਲਮਾਂ ਬਣਾਉਣੀਆਂ ਤਾਂ ਕਿਸੇ ਚੰਗੇ ਵਿਸ਼ਿਆਂ ਉੱਤੇ ਹੀ ਫਿਲਮਾਂ ਬਣਨ, ਇਹ ਨਾ ਹੋਵੇ ਕਿ 3 ਘੰਟੇ 2 ਘੰਟੇ ਦੀ ਕੋਈ ਫਿਲਮ ਆ, ਲਾਈਕ ਜੇ ਤੁਸੀਂ ਰੱਬ ਦਾ ਰੇਡੀਓ ਦਾਣਾ ਪਾਣੀ ਦੇਖੀਆਂ ਹੋਣਗੀਆਂ ਤਾਂ ਉਹ ਇੱਕ ਕੋਨਸੈਪਟ ਬੇਸਡ ਫਿਲਮਾਂ ਨੇ, ਇਹ ਫਿਲਮਾਂ ਵੇਖਣ ਤੋਂ ਬਾਅਦ ਤੁਹਾਨੂੰ ਉਹਦੇ 'ਚੋਂ ਕੁਛ ਨਾ ਕੁਛ ਮਿਲੂਗਾ ਹੀ, ਤੁਸੀਂ ਐਂ ਨਹੀਂ ਤੁਹਾਨੂੰ ਲੱਗੂਗਾ ਵੀ ਯਾਰ 2-3 ਘੰਟੇ ਐਵੇਂ ਅਸੀਂ ਕੋਈ ਫਨ ਕਰ ਲਿਆ, ਅਸੀਂ ਬਸ ਹੱਸ ਖੇਡ ਲਿਆ, ਹੈ ਨਾ। ਦੋ ਤਰੀਕੇ ਦੇ ਇਹਦੇ 'ਚ ਵੀ ਕੰਮ ਨੇ, ਇੱਕ ਤਾਂ ਜਸਟ ਫੋਰ ਓਨਲੀ ਫੋਰ ਐਂਟਰਟੇਨਮੈਂਟ, ਇੱਕ ਹੈਗਾ ਐਂਟਰਟੇਨਮੈਂਟ ਦੇ ਨਾਲ ਨਾਲ ਤੁਹਾਡੇ ਰੂਹ ਦੀ ਖੁਰਾਕ ਕੋਈ ਚੀਜ਼ ਸਾਨੂੰ ਮਿਲ ਜਾਏ। ਸੋ ਯੈਸ ਐਮ ਸਟੂਡੈਂਟ ਹੋ ਸਕਦਾ ਕਿ ਫੈਮਲੀਆਂ ਜਾਂ ਕਈਆਂ ਨੂੰ ਐਂ ਲੱਗਦਾ ਹੋਊਗਾ, ਬਟ ਜਦੋਂ ਇਹ ਫਿਲਮ ਨਾ ਟੀ ਵੀ 'ਤੇ ਚੱਲਣੀ ਸ਼ੁਰੂ ਹੋ ਜਾਣੀ ਹੈ, ਡਿਜੀਟਲੀ ਪਲੇਟਫਾਰਮ 'ਤੇ ਆ ਜਾਣੀ ਹੈ, ਸੋ ਕਈਆਂ ਨੂੰ ਹਜੇ ਕਈਆਂ ਨੇ ਨਹੀਂ ਦੇਖੀ ਕਰਕੇ ਕਈ ਨੂੰ ਐਂ ਲੱਗਦਾ ਵੀ ਪਤਾ ਨਹੀਂ ਫਿਲਮ 'ਚ ਕੁਛ ਇਹਦੇ 'ਚ ਵੀ ਵਾਇਲੈਂਸ ਨਾ ਹੋਵੇ, ਇੱਦਾਂ ਦੇ ਮੈਨੂੰ ਮੈਸੇਜਸ ਵੀ ਆਏ ਵੀ ਅਸੀਂ ਨਹੀਂ, ਹੈ ਨਾ, ਮੇਰੇ ਆਪਦੇ ਕੁਛ ਜ਼ਿਆਦਾ ਦੋਸਤਾਂ ਦੇ ਵੀ ਅਸੀਂ ਨਹੀਂ ਫਿਲਮ ਵੇਖਣੀ, ਇਹਦੇ ਵਿੱਚ ਤਾਂ ਸਿੱਧੂ ਐਂ ਕਰਦਾ ਜਾਂ ਫਲਾਨਾ ਕਰਦਾ, ਹੈ ਨਾ। ਸੋ ਮੈਂ ਕਿਹਾ ਠੀਕ ਆ ਬਾਈ, ਹੁਣ ਮੈਂ ਕੀ ਕਹਿ ਸਕਦਾ, ਹੈ ਨਾ। ਸੋ ਇੱਦਾਂ ਲੱਗਦਾ ਸੀ ਬਟ ਇੱਦਾਂ ਨਹੀਂ ਹੈਗਾ, ਸੋ ਫਿਲਮ ਵੇਖ ਕੇ ਹੀ ਪਤਾ ਲੱਗਣਾ ਜੋ ਫਿਲਮ ਦੇ ਵਿੱਚ ਹੈਗਾ ਕੀ ਆ, ਹੈ ਨਾ। ਸੋ ਇਹ ਫਿਲਮ ਦੇ ਨਾਲ ਨਾਲ ਸੋ ਫਿਲਮ ਇਹ ਵਿਸ਼ਾ ਬਣਾਉਣਾ ਜ਼ਰੂਰੀ ਇਸ ਕਰਕੇ ਸੀਗਾ ਕਿ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਦੂਜੇ ਬੰਦੇ ਦਾ ਪਰਸਪੈਕਟਿਵ ਜਾਣਨ ਦੀ ਕੋਸ਼ਿਸ਼ ਕਰਨੀ, ਸੋ ਇਹਦੇ ਵਿੱਚ ਸਿੱਧੀ ਗੱਲ ਤਾਂ ਆਪਾਂ ਇਵੇਂ ਕਹਿ ਨਹੀਂ ਸਕਦੇ, ਬਟ ਇਨਡਾਇਰੈਕਟਲੀ ਇੱਕ ਮੈਸੇਜ ਆ ਜਿਹੜਾ ਜਿਹਨੂੰ ਜਿਹਨੂੰ ਜਿਵੇਂ ਜਿਵੇਂ ਸਮਝ ਆ ਗਿਆ ਅਤੇ ਮੈਨੂੰ ਲੱਗਦਾ ਵੀ ਆਪਾਂ ਕਾਮਯਾਬ ਆਪਣੇ। ਜੀ ਬਿਲਕੁਲ, ਐਂਡ ਆਈ ਥਿੰਕ ਤੁਸੀਂ ਜਿਹੜੀ ਪਹਿਲੀ ਫਿਲਮਾਂ ਬਣਾਈਆਂ ਰੱਬ ਦਾ ਰੇਡੀਓ ਦਾਣਾ ਪਾਣੀ, ਉਹ ਬਹੁਤ ਹੀ ਸੌਫਟ ਜੋਨਰ ਦੀਆਂ ਫਿਲਮਾਂ ਸੀਗੀਆਂ ਔਰ ਇਹ ਇੱਕ ਡਿਫਰੈਂਟ ਜੋਨਰ ਦੀ ਫਿਲਮ ਹੈਗੀ ਹੈ। ਜੀ ਬਿਲਕੁਲ ਡਿਫਰੈਂਟ, ਇਹ ਸਟੂਡੈਂਟ ਹੁਣ ਉਹ ਫਿਲਮਾਂ ਨੇ ਸਾਰੇ ਕੈਟਾਗਰੀਸ ਜਿੰਨੇ ਵੀ ਏਜ ਫੈਕਟਰਸ ਹੁੰਦੇ ਨੇ ਸਾਰਿਆਂ ਨੂੰ ਪਸੰਦ ਆਈ, ਹੈ ਨਾ। ਬਟ ਉਹ ਫਿਲਮਾਂ ਮੈਂ ਫੀਲ ਕੀਤਾ ਜੋ ਕਿ ਜਿਹੜਾ ਯੂਥ ਆ ਆਪਣਾ ਜਾਂ ਜਿਹੜੇ ਜਵਾਕ ਨੇ ਉਹਨਾਂ ਨੇ ਘੱਟ ਫਿਲਮਾਂ ਵੇਖੀਆਂ, ਉਹ ਆਈ ਡੋਂਟ ਨੋ ਕਿਉਂ, ਹੈ ਨਾ, ਬਾਅਦ 'ਚ ਹੌਲੀ ਹੌਲੀ ਦੇਖ ਲਈਆਂ ਬਟ ਘੱਟ ਦੇਖੀਆਂ। ਬਟ ਜੋ ਮੈਂ ਇਹਦਾ ਰਿਸਪੋਂਸ ਵੇਖਿਆ, ਯੈਸ ਐਮ ਸਟੂਡੈਂਟ ਖਾਸ ਇੱਕ ਮੇਨ ਜਿਹੜਾ ਆਪਣੇ ਟੀਨੇਜਰਸ ਨੇ ਜਾਂ ਯੂਥ ਆਪਣਾ, ਉਹ ਸਾਰਿਆਂ ਨੇ ਇਹ ਫਿਲਮ ਵੇਖੀ ਆ, ਹੋ ਸਕਦਾ ਫੈਮਲੀਆਂ ਨੇ ਘੱਟ ਵੇਖੀ ਆ, ਹੈ ਨਾ। ਸੋ ਇੱਕ ਇਹ ਮੇਨ ਵੱਡਾ ਮੇਰਾ ਕਾਰਨ ਇਹ ਸੀ ਕਿ ਮੇਰੇ ਕੋਲ ਇਹ ਵੀ ਆਡੀਅੰਸ ਜੁੜੇ ਓਨੈਸਟਲੀ ਕਿ ਇਹ ਲੋਕ ਵੀ ਇਹ ਵੀ ਸਾਰੇ ਫਿਲਮਾਂ ਵੇਖਣ ਆ ਸਾਰੀਆਂ, ਤੇ ਹੁਣ ਮੈਨੂੰ ਲੱਗਦਾ ਵੀ ਨੈਕਸਟ ਈਜ਼ੀ ਹੋ ਜਾਊਗਾ ਸਾਰੇ ਦੇਖਣਗੇ ਯੂਥ ਸਾਰਾ। ਜੀ ਜੀ ਬਿਲਕੁਲ, ਅਸੀਂ ਦੇਖਿਆ ਹਮੇਸ਼ਾ ਤਰਨਵੀਰ ਜੀ ਜਦੋਂ ਵੀ ਤੁਸੀਂ ਫਿਲਮਾਂ ਬਣਾਉਂਦੇ ਹੋ ਉਹਦੇ ਵਿੱਚ ਦਰਦ ਵੀ ਹੁੰਦਾ ਹੈ, ਆਂਸੂ ਵੀ ਆਉਂਦੇ ਨੇ, ਹਸੀ ਮਜ਼ਾਕ ਵੀ ਹੁੰਦਾ ਹੈ, ਸੋ ਇਮੋਸ਼ਨਸ ਨੂੰ ਬਹੁਤ ਪਿਆਰ ਦੇ ਨਾਲ ਬਹੁਤ ਤਰੀਕੇ ਦੇ ਨਾਲ ਹੈਂਡਲ ਕਰਦੇ ਹੋ, ਐਂਡ ਆਈ ਐਮ ਸ਼ੋਰ ਕਿ ਜਦੋਂ ਲੋਕ ਵੀ ਦੇਖਦੇ ਨੇ, ਇਨਫੈਕਟ ਮੈਂ ਵੀ ਤੁਹਾਡੀਆਂ ਫਿਲਮਾਂ ਵੇਖੀਆਂ ਨੇ, ਅਤੇ ਉਹ ਕਿਤੇ ਨਾ ਕਿਤੇ ਟੱਚ ਕਰ ਜਾਂਦੀਆਂ ਨੇ ਇਹ ਫਿਲਮਾਂ। ਜਿਹੋ ਜਿਹਾ ਤੁਸੀਂ ਆਪ ਹੁੰਦੇ ਹੋ ਜੀ, ਤਾਂ ਮੈਨੂੰ ਲੱਗਦਾ ਵੀ ਉਹੋ ਜਿਹੀਆਂ ਤੁਹਾਡੇ ਕੋਲ ਫਿਲਮਾਂ ਬਣਦੀਆਂ ਨੇ, ਅਤੇ ਬੇਸਿਕਲੀ ਤਾਂ ਤੁਹਾਨੂੰ ਕੋਈ ਵੀ ਕੰਮ ਦਿਲ ਤੋਂ ਕਰਨਾ ਚਾਹੀਦਾ, ਜੋ ਦਿਲ ਨਾਲ ਕਰਦੇ ਹੋ ਤਾਂ ਇਹ ਚੀਜ਼ਾਂ ਤਾਂ ਆਉਣੀਆਂ ਹੀ ਨੇ, ਹਰ ਇਨਸਾਨ ਅੰਦਰ ਫੀਲਿੰਗਸ ਤਾਂ ਹਰ ਇਨਸਾਨ ਅੰਦਰ ਹੈਗੀ ਹੋਈ ਹੈ, ਅਤੇ ਸੋ ਬੈਟਰ ਆ ਕਿ ਇਸ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕਰੋ, ਮੈਂ ਕੋਸ਼ਿਸ਼ ਕਰਦਾ ਜੀ ਉਹ ਪਰਮਾਤਮਾ ਰੱਬ ਵੱਲੋਂ ਵਧੀਆ ਹੋ ਜਾਂਦਾ ਜੀ, ਅਤੇ ਬਸ ਦੈਟਸ ਇਟ, ਚੱਲ ਰਹੀ ਹੈ ਚੀਜ਼ਾਂ। ਜੀ, ਸਿੱਧੂ ਮੂਸੇਵਾਲੇ ਦੇ ਨਾਲ ਅਤੇ ਮੈਡੀ ਠੱਕਰ ਦੇ ਨਾਲ ਇਹ ਤੁਹਾਡੀ ਪਹਿਲੀ ਫਿਲਮ ਸੀਗੀ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ, ਕਿਸ ਤਰ੍ਹਾਂ ਦੀਆਂ ਮੈਮਰੀਜ਼ ਤੁਸੀਂ ਰੱਖੀਆਂ ਨੇ ਆਪਣੇ ਕੋਲ ਜਦੋਂ ਫਿਲਮ ਦੀ ਪ੍ਰੋਡਕਸ਼ਨ ਚੱਲ ਰਹੀ ਸੀ, ਫਿਲਮ ਦੀ ਜਦੋਂ ਸ਼ੂਟਿੰਗ ਚੱਲ ਰਹੀ ਸੀਗੀ? ਹਾਂਜੀ, ਮੈਂਡੀ ਜੀ ਹੁਣਾਂ ਨਾਲ ਤਾਂ ਮੇਰੀ ਇਹ ਸੈਕਿੰਡ ਫਿਲਮ ਆ ਜੀ, ਰੱਬ ਦਾ ਰੇਡੀਓ ਦੇ ਵਿੱਚ ਵੀ ਅਸੀਂ ਕੰਮ ਕੀਤਾ ਜੀ, ਬਟ ਮੈਂਡੀ ਜੀ ਹੁਣਾਂ ਨਾਲ ਨਹੀਂ, ਸੈਕਿੰਡ ਨਹੀਂ, ਪਹਿਲੀ 1, 2, 3, 4, 3 ਫਿਲਮ ਆ, 4th ਫਿਲਮ ਆ ਮੇਬੀ ਉਹਨਾਂ ਦੇ ਨਾਲ ਤਾਂ, ਅਤੇ ਸਿੱਧੂ ਜੀ ਹੁਣਾਂ ਨਾਲ ਪਹਿਲੀ ਫਿਲਮ ਸੀਗੀ, ਬਟ ਅਸੀਂ ਇੱਕ ਬਹੁਤ ਵਧੀਆ ਚੰਗੇ ਦੋਸਤ ਹਾਂ, ਸੋ ਇੱਦਾਂ ਦਾ ਕੁਛ ਫੀਲ ਹੀ ਨਹੀਂ ਹੋਇਆ ਨਾ ਵੀ ਕੁਛ ਕਿਸੇ ਮੈਂ ਆਰਟਿਸਟ ਜਾਂ ਕਿਸੇ ਇਹੋ ਜਿਹੇ ਕਲਾਕਾਰ ਨਾਲ ਵੱਡੇ ਨਾਲ ਕੰਮ ਕਰ ਰਹੇ ਹਾਂ, ਸੋ ਮੈਨੂੰ ਅਸੀਂ ਐਜ਼ ਅ ਦੋਸਤ ਅਸੀਂ ਵਧੀਆ ਮਿਲਦੇ ਵਰਤਦੇ ਹਾਂ, ਅਤੇ
ਪਹਿਲਾਂ ਵੀ ਮਿਲਦੇ ਵਰਤਦੇ ਸੀਗੇ, ਸੋ ਇੱਦਾਂ ਦਾ ਕੁਛ ਲੱਗਦਾ ਨਹੀਂ ਸੀ, ਬਹੁਤ ਫੈਮਿਲੀਅਰ ਜਿਹਾ ਐਟਮੋਸਫੀਅਰ ਸੀਗਾ. ਨਾਲੇ ਜਦੋਂ ਤੁਸੀਂ ਪ੍ਰੋਡਕਸ਼ਨ, ਤੁਹਾਡਾ ਚੀਜ਼ਾਂ ਸਾਰੀਆਂ ਆਪਦੀਆਂ ਹੁੰਦੀਆਂ, ਫਿਰ ਤੁਹਾਨੂੰ ਹੋਰ ਬਹੁਤ ਕੰਫਰਟੇਬਲ ਹੋ ਜਾਂਦਾ. ਸੋ ਬਹੁਤ ਗੁੱਡ ਐਕਸਪੀਰੀਅੰਸ ਸੀ ਸਾਰਿਆਂ ਨਾਲ. ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਦਾਣਾ ਪਾਣੀ ਫਿਲਮ ਦੇ ਵਿੱਚ ਤੁਸੀਂ ਪ੍ਰੋਡਕਸ਼ਨ 'ਚ ਆਪਣਾ ਹਿੱਸਾ ਪਾਇਆ ਸੀਗਾ, ਔਰ ਇਸ ਫਿਲਮ ਦੇ ਵਿੱਚ ਵੀ ਤੁਸੀਂ ਪ੍ਰੋਡਕਸ਼ਨ ਦਾ ਪਾਰਟ ਹੈਗੇ ਹੋ. ਸੋ ਕਿਉਂ ਲੋੜ ਪਈ ਇੰਨੀ ਜਲਦੀ ਫਿਲਮਾਂ ਦੇ ਵਿੱਚ ਪ੍ਰੋਡਕਸ਼ਨ ਦਾ ਹਿੱਸਾ ਬਣਨ ਦੀ? ਤਾਂ ਕਿ ਫਿਲਮ ਹੋਰ ਖੂਬਸੂਰਤ ਬਣ ਸਕੇ, ਤਾਂ ਕਿ ਤੁਹਾਨੂੰ ਕੋਈ ਇੱਦਾਂ ਨਾ ਕਹਿ ਸਕੇ ਨਹੀਂ ਬਈ ਆਹ ਨਹੀਂ ਕਰਨਾ, ਇਹਨੂੰ ਨਹੀਂ ਲੈਣਾ. ਇਹ ਤਾਂ ਕਰਦੇ ਨੇ ਜਿਹੜੇ ਨਾਲ ਲਾਉਂਦੇ ਨੇ, ਆਹ ਨਹੀਂ ਹੋਊਗਾ, ਇੱਥੇ ਸ਼ੂਟ ਨਹੀਂ ਹੋਊਗਾ, ਇੱਦਾਂ ਹੈ ਨਾ, ਉਹ ਚੀਜ਼ਾਂ ਨਾ ਹੋਣ, ਇਸ ਕਰਕੇ ਫਿਲਮਾਂ ਖੂਬਸੂਰਤ ਬਣ. ਸੋ ਮੈਂ ਇਕੱਲੇ ਨੇ ਨਹੀਂ, ਮੇਰੇ ਇਹ ਜਿਹੜੀ ਤਰਨ ਜਗਪਾਲ ਫਿਲਮਸ ਆ ਜਾਂ ਇਹ ਫਿਲਮ ਬਣੀ ਆ, ਇਹ ਪ੍ਰੋਡਕਸ਼ਨ ਦੇ ਵਿੱਚ ਬਹੁਤ ਬੰਦਿਆਂ ਦਾ ਯੋਗਦਾਨ ਆ. ਮੇਰੀ ਸਭ ਤੋਂ ਪਹਿਲਾਂ ਮੇਰੀ ਫੈਮਿਲੀ ਦਾ, ਮੇਰੇ ਪਰਿਵਾਰ ਨੇ ਜਿਨ੍ਹਾਂ ਨੇ ਮੈਨੂੰ ਹੈਲਪ ਕੀਤਾ ਸਾਰਾ, ਫੰਡਸ ਐਂਡ ਸਾਰੀਆਂ ਚੀਜ਼ਾਂ. ਆਪਣਾ ਹੈਰੀਟੇਜ ਫਿਲਮ ਅਮਰਜੀਤ ਸਰਾਂ ਭਾਅ ਜੀ ਵੈਨਕੂਵਰ ਤੋਂ ਨੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਜਿਨ੍ਹਾਂ ਨੇ ਮਤਲਬ ਬਿਨਾਂ ਕੋਈ ਸਵਾਲ ਜਵਾਬ ਕੀਤੇ ਰਾਈਟ ਵੇ ਤੁਹਾਡੇ ਲਈ ਖੜ੍ਹ ਜਾਣਾ ਹੈ ਨਾ. ਸੋ ਇੱਦਾਂ ਦੇ ਬੰਦੇ, ਹੋਰ ਮੇਰੇ ਫੈਮਿਲੀ ਮੈਂਬਰਸ, ਹੋਰ ਮੇਰੇ ਇਹੋ ਜਿਹੇ ਬਹੁਤ ਯਾਰ ਦੋਸਤ ਨੇ ਜਿਨ੍ਹਾਂ ਕਰਕੇ ਹੀ ਇਹ ਫਿਲਮ ਪੋਸੀਬਲ ਹੋਈ, ਕਿਉਂਕਿ ਐਡੇ ਵੱਡੇ ਬਜਟ ਦੀ ਫਿਲਮ ਬਣਾਉਣੀ ਇੱਕ ਨੋਰਮਲ ਇਨਸਾਨ ਲਈ ਬਹੁਤ ਔਖਾ ਆ ਕੰਮ. ਸੋ ਉਹਨਾਂ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਜਿਨ੍ਹਾਂ ਨੇ ਯੈਸ ਐਮ ਸਟੂਡੈਂਟ ਲਈ, ਮੇਰੇ ਲਈ ਅਤੇ ਮੇਰੀ ਆਪਣੀ ਇਸ ਫਿਲਮ ਵਾਸਤੇ ਮੈਨੂੰ ਹੈਲਪ ਕੀਤਾ. ਅਤੇ ਅਮਰਜੀਤ ਭਾਅ ਜੀ ਦਾ, ਅਤੇ ਟੋਰਾਂਟੋ ਤੋਂ ਕੁਛ ਮੇਰੇ ਯਾਰ ਦੋਸਤ ਨੇ, ਇੰਡੀਆ ਤੋਂ ਯਾਰ ਦੋਸਤ ਨੇ, ਮਤਲਬ ਨਾਮ ਲੈਣ ਲੱਗੂੰਗਾ ਤਾਂ ਬਹੁਤ ਲੰਬੀ ਲਿਸਟ ਹੋਣੀ. ਸੋ ਬਹੁਤ ਬੰਦਿਆਂ ਦਾ ਯੋਗਦਾਨ ਆ ਪੈਣਾ, ਇਕੱਲਿਆਂ ਤਾਂ ਨਹੀਂ ਮਿੱਥੋਂ ਬਣਨੀ ਸੀ. ਜੀ ਬਿਲਕੁਲ, ਐਂਡ ਆਈ ਥਿੰਕ ਕਮਿਊਨਿਟੀ ਦਾ, ਆਪਣੇ ਰਿਲੇਟਿਵਸ ਫਰੈਂਡਸ ਦਾ ਸਹਿਯੋਗ ਬਹੁਤ ਮੈਟਰ ਕਰਦਾ ਹੈ, ਬਹੁਤ ਜ਼ਰੂਰੀ ਹੁੰਦਾ ਹੈ. ਜੀ, ਤੁਸੀਂ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਬਣਾਈਆਂ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਬਹੁਤ ਪਸੰਦ ਕੀਤਾ. ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਫਿਲਮਾਂ ਉੱਤੇ ਕੰਮ ਕਰ ਰਹੇ ਹੋ ਤਾਂ ਕਿ ਲੋਕ ਤੁਹਾਨੂੰ ਪਿਆਰ ਦਿੰਦੇ ਰਹਿਣ? ਹਾਂਜੀ, ਬਹੁਤ ਸੋਹਣੇ ਦੋ ਕੌਨਸੈਪਟਸ ਨੇ ਜੀ. ਇੱਕ ਤਾਂ ਆਲਰੇਡੀ ਫਿਲਮ ਦੇ ਜਿ ਐਂਡ ਦੇ ਉੱਤੇ ਆਪਾਂ ਉਹਨਾਂ ਦਾ ਪੋਸਟਰ ਪਾਇਆ ਸੀ ਫਿਲਮ ਦਾ, ਫਿਲਮ ਦਾ ਨਾਮ ਆ ਉੱਚਾ ਦਰ ਬਾਬੇ ਨਾਨਕ ਦਾ. ਅਤੇ ਉਹ ਜਲਦ ਹੀ ਨੈਕਸਟ ਈਅਰ ਉਹਦੀ ਪ੍ਰੋਡਕਸ਼ਨ ਸ਼ੁਰੂ ਹੋਊਗੀ ਉਸ ਫਿਲਮ ਦੀ. ਅਤੇ ਉਹਦੇ ਨਾਲ ਨਾਲ ਫਿਲਮ ਇੱਕ ਮਨਜੀਤ ਹੈ ਜਗਜੀਤ, ਜਿੰਮੀ ਸ਼ੇਰਗਿੱਲ ਬਾਈ ਜੀ ਉਹਨਾਂ ਨਾਲ ਹੀ ਮੈਂ ਉਹ ਬਣਾ ਰਿਹਾ. ਅਤੇ ਉਹ ਜਲਦ ਉਹਦੀਆਂ ਚੀਜ਼ਾਂ ਸਟਾਰਟ ਹੋ ਜਾਣਗੀਆਂ, ਅਤੇ ਮੇ ਬੀ ਮੈਂ ਨੈਕਸਟ ਈਅਰ ਹੀ ਸਾਰਾ ਕੁਛ ਸ਼ੁਰੂ ਹੋਊਗਾ, ਨਿਊ ਈਅਰ ਦੇ ਲੱਗ ਸਕੇ. ਜੀ ਜੀ, ਬਹੁਤ ਖੂਬਸੂਰਤ. ਅਸੀਂ ਉਮੀਦ ਕਰਾਂਗੇ ਤੁਹਾਡੇ ਨਵੇਂ ਪ੍ਰੋਜੈਕਟਸ ਦੀ. ਅਖੀਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ ਦਰਸ਼ਕਾਂ ਨੂੰ? ਬਸ ਥੈਂਕ ਯੂ ਆ ਜੀ ਸਾਰਿਆਂ ਦਾ, ਅਤੇ ਤੁਸੀਂ ਯੈਸ ਐਮ ਸਟੂਡੈਂਟ ਨੂੰ ਇੰਨਾ ਪਿਆਰ ਦਿੱਤਾ, ਅਤੇ ਮੇਰੀਆਂ ਪਹਿਲੀਆਂ ਫਿਲਮਾਂ ਨੂੰ ਵੀ ਬਹੁਤ ਤੁਸੀਂ ਪਿਆਰ ਦਿੱਤਾ, ਰੱਬ ਦਾ ਰੇਡੀਓ ਦਾਣਾ ਪਾਣੀ ਨੂੰ, ਅਤੇ ਹੁਣ ਜਿਹੜੇ ਮੇਰੇ ਨੈਕਸਟ ਪ੍ਰੋਜੈਕਟਸ ਨੇ ਉਹਨਾਂ ਨੂੰ ਵੀ ਇੱਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ. ਅਤੇ ਅਗੇਨ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਚੀਜ਼ ਲਈ. ਥੈਂਕ ਯੂ ਸੋ ਮਚ. ਥੈਂਕ ਯੂ, ਤੁਸੀਂ ਟਾਈਮ ਕੱਢਿਆ ਅਤੇ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਆ, ਅਤੇ ਆਪਣੇ ਤਜਰਬੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ. ਥੈਂਕ ਯੂ ਐਂਡ ਵੀ ਵਿਸ਼ ਯੂ ਗੁੱਡ ਲੱਕ. ਥੈਂਕ ਯੂ ਸੋ ਮਚ. ਸਤਿ ਸ਼੍ਰੀ ਅਕਾਲ. ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ. ਸੋ ਇਹ ਸੀ ਸਾਡੀ ਖਾਸ ਗੱਲਬਾਤ ਪੰਜਾਬੀ ਫਿਲਮ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਜੀ ਦੇ ਨਾਲ. ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com 'ਤੇ. ਮਿਲਾਂਗੇ ਅਗਲੇ ਹਫ਼ਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ.